ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀਆ ਤੇ ਨਰ ਦੋਜਕ ਜਾਹੇਂਗੇ ਸਤ ਪਾਖੇ ਰਵਿਦਾਸ ਬਾਬਾ ਪਿੱਪਲ ਦਾਸ ਗੁਰੂ ਸਰਵਣ ਦਾਸ ਹਰੀ ਦਾਸ ਗੁਰ ਜੋਏ ਸੋ ਹਮਰੀ ਰੱਖਿਆ ਕਰੇ ਵਿਘਨ ਨਾ ਲਾਗੈ ਕੋਈ ਧੰਨ ਧੰਨ ਸਤਿਗੁਰੂ ਗਰੀਬ ਦਾਸ ਬੰਦੋ ਨਿਤ ਸੁਬਛਾ ਚਰਨ ਕਵਲ ਕੋ ਡੰਡਵਤ ਕੋਟ ਕੋਟ ਪਰਣਾ ਚਰਨ ਕਵਲ ਕੋ ਡੰਡਵਤ ਕੋਟ ਕੋਟ ਪਰਣਾ ਗਰੀਬਾਂ ਦੇ ਮਸੀਹਾ ਚਾਰਾਂ ਯੁੱਗਾਂ ਦੇ ਮਾਲਕ ਅੰਮ੍ਰਿਤ ਬਾਣੀ ਦੇ ਰਚੇਤਾ ਗੁਰੂਆਂ ਦੇ ਗੁਰੂ ਸਾਹਿਬ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਬਾਰਕ ਸ਼੍ਰੀ ਚਰਨ ਕਮਲਾਂ ਦੇ ਵਿੱਚ ਜੁੜ ਬੈਠੇ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸਮੁੱਚੀਆਂ ਸੰਗਤਾਂ, ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਬ੍ਰਹਮਲੀਨ ਬ੍ਰਹਮ ਗਿਆਨੀ ਅਮਰ ਸ਼੍ਰੀ ਸੰਤ ਮਹਾਰਾਜ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਦੇ ਸ਼ਹੀਦੀ ਸਮਾਗਮ 'ਤੇ ਅਸੀਂ ਸਮੁੱਚੀਆਂ ਸੰਗਤਾਂ ਡੇਰਾ ਸ਼੍ਰੀ 168 ਸਿੰਘ ਸਰਵਨ ਦਾਸ ਜੀ ਸੱਚਖੰਡ ਬੱਲਾ ਵਿਖੇ ਇਕੱਤਰ ਹੋਏ ਆ, ਔਰ ਅੱਜ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਬ੍ਰਹਮਲੀਨ ਸ਼੍ਰੀਮਾਨ 168 ਸੰਤ ਰਾਮਾਨੰਦ ਮਹਾਰਾਜ ਜੀ ਦਾ ਸ਼ਹੀਦੀ ਸਮਾਗਮ ਡੇਰੇ ਦੇ ਸੰਚਾਲਕ ਪਰਮ ਅਦਰਣੀ ਹਜ਼ੂਰ ਮਹਾਰਾਜ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਸਰਪ੍ਰਸਤੀ ਹੇਠ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ। ਤੋ ਗੁਰੂ ਪਿਆਰੀ ਸਤਸੰਗ ਜੀ ਦਾ ਸਭ ਤੋਂ ਪਹਿਲੇ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਬ੍ਰਹਮਲੀਨ ਸ਼੍ਰੀਮਾਨ 168 ਸੰਤ ਰਾਮਾਨੰਦ ਜੀ ਮਹਾਰਾਜ ਸਤਿਗੁਰਾਂ ਦੇ ਚਰਨਾਂ ਵਿੱਚ ਸ਼ਰਧਾ ਸੁਮਨ ਅਰਪਿਤ ਕਰਦਾ ਹੈ, ਔਰ ਗੁਰੂ ਪਿਆਰੀ ਸਤਸੰਗਤ ਜੀ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਰਵਿਦਾਸੀਆ ਧਰਮ ਇਹਨਾਂ ਮਹਾਨ ਮਹਾਨ ਮਹਾਂਪੁਰਸ਼ਾਂ ਦੀ ਸ਼ਹਾਦਤ ਦੇ ਦੁਆਰਾ ਸਾਨੂੰ ਪ੍ਰਾਪਤ ਹੋਇਆ। ਸਤਿਗੁਰਾਂ ਦੀ ਬਾਣੀ ਦਾ ਕਥਨ ਹੈ, ਜਨਨੀ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ ਤੋ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਸਤਿਗੁਰ ਜੀ ਉਚਾਰਨ ਕਰਦੇ ਨੇ, ਜਨਨੀ ਮਾਤਾ ਦਾ ਬੱਚਾ ਜਾਂ ਤਾਂ ਦਾਨੀ ਹੋਵੇ ਜਾਂ ਭਜਨ ਬੰਦਗੀ ਕਰਨ ਵਾਲਾ ਹੋਵੇ, ਜਨਨੀ ਜਨੇ ਤੋਂ ਭਗਤ ਜਨ ਜਾਂ ਤਾਂ ਸੰਤ ਹੋਵੇ ਜਾਂ ਦਾਨੀ ਹੋਵੇ, ਸਾਹਿਬ ਜੀ ਕਹਿੰਦੇ ਜਾਂ ਸੂਰਮਾ ਹੋਵੇ। ਸੂਰਮਾ ਰਵਿਦਾਸ ਹੋਈ ਸੂਰਾ ਭਲਾ ਜੋ ਲਰੇ ਧਰਮ ਕੇ ਹੇਤ ਅੰਗ ਅੰਗ ਕਟ ਭੋਏ ਗ੍ਰਹਿ ਕਬੂ ਨਾ ਛਾਡੇ ਖੇਤ। ਅੱਜ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਬ੍ਰਹਮਲੀਨ ਸ਼੍ਰੀਮਾਨ 168 ਸੰਤ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਨੇ ਰਵਿਦਾਸੀਆ ਕੌਮ ਦੇ ਲਈ ਆਪਣਾ ਪੂਰੇ ਦਾ ਪੂਰਾ ਜੀਵਨ ਹੀ ਲਗਾ ਦਿੱਤਾ, ਔਰ ਗੁਰੂ ਪਿਆਰੀ ਸਤਸੰਗ ਜੀ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਿਸ਼ਨ ਨੂੰ ਇੱਕ ਨਗਰ ਤੱਕ ਨਹੀਂ, ਇੱਕ ਸ਼ਹਿਰ ਤੱਕ ਨਹੀਂ, ਇੱਕ ਕੰਟਰੀ ਤੱਕ ਨਹੀਂ, ਪੂਰੇ ਵਿਸ਼ਵ ਦੇ ਵਿੱਚ ਸੰਤ ਮਹਾਰਾਜ ਰਾਮਾਨੰਦ ਜੀ ਉਹਨਾਂ ਨੇ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਪ੍ਰਚਾਰ ਔਰ ਪ੍ਰਸਾਰ ਕੀਤਾ, ਅਤੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਉਹਨਾਂ ਨੂੰ ਯਾਦ ਕਰਨ, ਅਸੀਂ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਰਧਾ ਸੁਮਨ ਅਰਪਿਤ ਕਰਨ ਵਾਸਤੇ ਆਏ ਹਾਂ। ਆਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ। ਗੁਰੂ ਪਿਆਰੀ ਸਤਸੰਗ ਜੀ, ਸਤਿਗੁਰਾਂ ਨੇ ਸਾਨੂੰ ਸਤਨਾਮ ਦਾ ਪਾਵਨ ਮਾਰਗ ਯਾਦ ਕਰਾਇਆ। ਸਤਿਗੁਰ ਜੀ ਉਚਾਰਨ ਕਰਦੇ ਨੇ, ਰਵਿਦਾਸ ਭਣੇ ਜੋ ਜਾਣੇ ਸੋ ਜਾਣ ਸੰਤ ਅਨੰਤ ਅੰਤਰ ਨਾਹੀ। ਤੇ ਗੁਰੂ ਪਿਆਰੀ ਸਤਸੰਗ ਜੀ, ਸਤਿਗੁਰ ਜੀ ਕਹਿੰਦੇ ਦੁਨੀਆਂ ਦੇ ਵਿੱਚ ਭਜਨ ਬੰਦਗੀ ਕਰਨ ਵਾਲੇ ਸੰਤ ਬਿਰਲੇ ਨੇ, ਜੱਗ ਮੇ ਉੱਤਮ ਕਾਢੀਏ ਬਿਰਲੇ ਕੇ ਕੇ। ਅੱਜ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਬ੍ਰਹਮਲੀਨ ਸ਼੍ਰੀਮਾਨ 168 ਸੰਤ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਨੇ ਰਵਿਦਾਸੀਆ ਕੌਮ ਦੀ
ਬਾਂਹ ਫੜੀ ਔਰ ਗੁਰੂ ਪਿਆਰੀ ਸਤਸੰਗ ਜੀ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਮਿਸ਼ਨ ਨੂੰ ਪੂਰੇ ਵਿਸ਼ਵ ਦੇ ਵਿੱਚ ਪਹੁੰਚਾਇਆ ਔਰ ਗੁਰੂ ਪਿਆਰੀ ਸਤਸੰਗ ਜੀ ਰਵਿਦਾਸੀਆ ਕੌਮ ਦੇ ਲਈ ਮਾਣ ਵਾਲੀ ਗੱਲ ਹੈ ਕਿ ਜਦੋਂ ਜਗਤ ਗੁਰੂ ਸਤਿਗੁਰ ਰਵਿਦਾਸ ਮਹਾਰਾਜ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਨੂੰ ਪੜ੍ਹਿਆ ਗਿਆ UNO ਦੀ ਗੌਰਮੈਂਟ ਨੇ ਅਤੇ ਗੁਰੂ ਪਿਆਰੀ ਸਤਸੰਗ ਜੀ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋ ਨਹੀਂ ਤੈਠਾਓ ਬੇਗਮਪੁਰਾ ਜੋ ਸ਼ਬਦ ਹੈ ਉਸ ਦੀ ਜਦੋਂ ਵਿਆਖਿਆ ਪੜ੍ਹੀ ਅਤੇ ਗੁਰੂ ਪਿਆਰੀ ਸਤਸੰਗ ਜੀ ਗੁਰੂ ਰਵਿਦਾਸ ਜੀ ਮਹਾਰਾਜ ਉੱਥੋਂ ਦੀ ਜੋ UNO ਆ ਉਹ ਸਰਕਾਰ ਕਹਿਣ ਲੱਗੀ ਗੁਰੂ ਰਵਿਦਾਸ ਜੀ ਇੰਨੇ ਮਹਾਨ ਸੰਤ ਹੋਏ ਨੇ ਔਰ ਗੁਰੂ ਪਿਆਰੀ ਸਤਸੰਗ ਜੀ ਕਿਸ ਸਮੇਂ ਵਿੱਚ ਪੈਦਾ ਹੋਏ ਔਰ ਗੁਰੂ ਰਵਿਦਾਸ ਮਹਾਰਾਜ ਦੀ ਸੋਚ ਕਿਹੋ ਜਿਹੀ ਹੈ ਅਤੇ ਗੁਰੂ ਪਿਆਰੀ ਸਤਸੰਗ ਜੀ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਗਿਆ ਹਜ਼ੂਰ ਮਹਾਰਾਜ ਸਤਿਗੁਰ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਰਵਿਦਾਸੀਆ ਕੌਮ ਦੇ ਅਮਰ ਸ਼੍ਰੀ ਬ੍ਰਾਹਮਣੀ ਸ਼੍ਰੀਮਾਨ ਇਕਸਵਰ ਸੰਤ ਰਾਮਾਨੰਦ ਜੀ ਮਹਾਰਾਜ ਸਤਿਗੁਰਾਂ ਨੇ ਉੱਥੇ ਸਪੀਚ ਕੀਤੀ ਔਰ ਬੇਗਮਪੁਰਾ ਸ਼ਹਿਰ ਜੋ ਗੁਰੂ ਰਵਿਦਾਸ ਮਹਾਰਾਜ ਜੀ ਨੇ ਕਿਹਾ ਮੈਂ ਇੱਕ ਇਹੋ ਜਿਹਾ ਸ਼ਹਿਰ ਚਾਹੁੰਦਾ ਹਾਂ ਜੇ ਸ਼ਹਿਰ ਵਿੱਚ ਸਭਨਾਂ ਨੂੰ ਖਾਣ ਲਈ ਅੰਨ ਪਹਿਨਣ ਲਈ ਕੱਪੜਾ ਰਹਿਣ ਦੇ ਲਈ ਮਕਾਨ ਮਿਲੇ ਐਸਾ ਚਾਹੂੰ ਰਾਜਮੇ ਜਹਾਂ ਮਿਲੇ ਸਭਨ ਕੋ ਅੰਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਉਹਨਾਂ ਨੇ ਕਿਹਾ ਸ਼ਿਕਸ਼ਿਤ ਬਣੋ ਸੰਗਠਿਤ ਹੋ ਸੰਘਰਸ਼ ਕਰੋ ਅਤੇ ਗੁਰੂ ਪਿਆਰੀ ਸਤਸੰਗ ਜੀ ਬਾਬਾ ਸਾਹਿਬ ਨੇ ਸ਼ਿਕਸ਼ਾ ਦੀ ਗੱਲ ਕੀਤੀ ਅਤੇ ਗੁਰੂ ਰਵਿਦਾਸ ਜੀ ਉਚਾਰਨ ਕਰਦੇ ਆ ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀ ਬਾਬਾ ਸਾਹਿਬ ਨੇ ਸੰਗਠਨ ਦੀ ਗੱਲ ਕੀਤੀ ਆ ਇਕੱਠੇ ਹੋਣਾ ਚਾਹੀਦਾ ਅਤੇ ਸਤਿਗੁਰੂ ਰਵਿਦਾਸ ਜੀ ਨੇ ਕਿਹਾ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ ਮਖੀਰਾ ਬਾਬਾ ਸਾਹਿਬ ਨੇ ਸੰਘਰਸ਼ ਦੀ ਗੱਲ ਕੀਤੀ ਅਤੇ ਸਤਿਗੁਰ ਰਵਿਦਾਸ ਜੀ ਨੇ ਕਿਹਾ ਪਰਾਧੀਨਤਾ ਪਾਪ ਹੈ ਜਾਨ ਲਿਹੋਰੇ ਮੀਤ ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੇ ਹੈ ਪ੍ਰੀਤ ਅਤੇ ਗੁਰੂ ਪਿਆਰੀ ਸਤਸੰਗ ਜੀ ਮਹਾਰਾਜ ਰਾਮਾਨੰਦ ਜੀ ਜਿਨ੍ਹਾਂ ਨੇ ਸਮਾਜ ਦਾ ਅੱਜ ਸਿਰ ਉੱਚਾ ਕੀਤਾ ਹੈ ਮਾਣ ਦੇ ਨਾਲ ਚਲੋ ਬਨਾਰਸ ਸਤਸੰਗ ਜੀ ਇੱਕ ਇਤਿਹਾਸ ਰਚਾਉਣਾ ਹੈ ਗੁਰੂ ਰਵਿਦਾਸ ਦੇ ਮੰਦਿਰ ਨੂੰ ਸੋਨੇ ਦੇ ਵਿੱਚ ਮੜਾਉਣਾ ਅਤੇ ਗੁਰੂ ਪਿਆਰੀ ਸਤਸੰਗ ਜੀ ਉਸ ਦਰਬਾਰ ਨੂੰ ਸੋਨੇ ਦੇ ਵਿੱਚ ਮੜਾਉਣ ਦੇ ਲਈ ਸਤਿਗੁਰਾਂ ਨੂੰ ਅਗਰ ਆਪਣਾ ਜੀਵਨ ਵੀ ਲਗਾਉਣਾ ਪਿਆ ਬਹੁਤ ਜਨਮ ਵਿਛੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਅਤੇ ਗੁਰੂ ਪਿਆਰੀ ਸਤਸੰਗ ਜੀ ਕੋਈ ਵਿਅਕਤੀ ਸੁੱਤਾ ਹੋਵੇ ਸੁੱਤੇ ਨੂੰ ਜਗਾਉਣਾ ਹੋਵੇ ਕੀ ਕਰਦੇ ਆ ਬਾਜ ਮਾਰਦੇ ਆ ਬਾਜ ਮਾਰਨ ਦੇ ਨਾਲ ਕੋਈ ਜਾਗ ਜਾਵੇ ਠੀਕ ਹੈ ਗਹਿਰੀ ਨਿੰਦਰਾ ਦੇ ਵਿੱਚ ਸੁੱਤਾ ਹੋਵੇ ਉਸ ਨੂੰ ਫੜ ਕੇ ਹਿਲਾਉਂਦੇ ਆ ਅਗਰ ਫੇਮ ਨਾ ਉੱਠੇ ਕੀ ਕਰਦੇ ਆ ਪਾਣੀ ਦਾ ਛੱਟਾ ਮਾਰਦੇ ਆ ਅਤੇ ਗੁਰੂ ਪਿਆਰੀ ਸਤਸੰਗ ਜੀ ਜਿਹੜਾ ਸਮਾਜ ਸਦੀਆਂ ਸਦੀਆਂ ਤੋਂ ਸੁੱਤਾ ਪਿਆ ਸੀ ਮਹਾਰਾਜ ਰਾਮਾਨੰਦ ਜੀ ਨੇ ਅੱਜ ਆਪਣੇ ਖੂਨ ਦਾ ਛੱਟਾ ਸਮਾਜ ਦੇ ਉੱਤੇ ਮਾਰਿਆ ਸਦੀਆਂ ਸਦੀਆਂ ਤੋਂ ਜਿਹੜਾ ਸੁੱਤਾ ਸਮਾਜ ਸੀ ਸਤਿਗੁਰਾਂ ਨੇ ਅੱਜ ਜਗਾ ਰਵਿਦਾਸ ਮਹਾਰਾਜ ਕੀ ਜੈ ਸੋ ਨਿਰਪੈ ਮਸ਼ੀ ਸੰਤ ਰਾਮਾਨੰਦ ਮਹਾਰਾਜ ਕੀ ਜੈ ਗੁਰੂ ਪਿਆਰੀ ਸਤਸੰਗ ਜੀ ਅੱਜ ਰਵਿਦਾਸੀਆ ਕੌਮ ਜਾਗ ਚੁੱਕੀ ਹੈ ਆਓ ਮਹਾਰਾਜ ਰਾਮਾਨੰਦ ਜੀ ਜਿਹਨਾਂ ਨੂੰ ਅਸੀਂ ਅੱਜ ਯਾਦ ਕਰਦੇ ਹਾਂ ਅਤੇ ਉਹ ਸਭਨਾਂ ਦੇ ਦਿਲਾਂ ਦੇ ਵਿੱਚ ਨਾ ਹੁੰਦੇ ਹੋਏ ਵੀ ਸਭਨਾਂ ਦੇ ਦਿਲਾਂ ਦੇ ਵਿੱਚ ਵਾਸ ਕਰਦੇ ਆ ਅਤੇ ਗੁਰੂ ਪਿਆਰੀ ਸਤਸੰਗ ਜੀ ਆਓ ਸਮੇਂ ਵੀ ਤਕਰੀਬਨ ਹੋਣ ਵਾਲਾ ਆ ਅਤੇ ਆਓ ਮੈਂ ਇੱਕ ਪੰਕਤੀਆਂ ਕਹਿ ਕੇ ਸਮੇਂ ਦੇ ਅੰਦਰ ਹੀ ਸਮਾਪਤੀ ਕਰਨੀ ਆ ਆਓ ਸਾਰੀਆਂ ਸੰਗਤਾਂ ਮਹਾਰਾਜ ਰਾਮਾਨੰਦ ਜੀ ਦੀ ਆ ਸ਼ਹੀਦੀ ਸਮਾਗਮ ਦੇ ਉੱਤੇ ਕੁਝ ਪੰਕਤੀਆਂ ਉਚਾਰਨ ਸੰਤ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਸੰਤ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਸੰਤ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਸੰਤ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਤੇਰੀਆਂ ਯਾਦਾਂ ਆਉਂਦੀਆਂ ਨੇ ਤੇਰੀਆਂ ਯਾਦਾਂ ਆਉਂਦੀਆਂ ਨੇ ਸਾਨੂੰ ਬੜਾ ਰਵਾਉਂਦੀਆਂ ਨੇ ਸਾਨੂੰ ਬੜਾ ਰਵਾਉਂਦੀਆਂ ਨੇ ਸੰਤ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ ਤੇਰੀਆਂ ਯਾਦਾਂ ਆਉਂਦੀਆਂ ਨੇ
ਆਈਆਂ ਯਾਦਾਂ ਆਉਂਦੀਆਂ ਨੇ, ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ। ਸੁਣ ਕੇ ਮਿੱਠੀ ਬਾਣੀ ਤੁਸਾਂ ਦੀ, ਸੁਣ ਕੇ ਮਿੱਠੀ ਬਾਣੀ ਤੁਸਾਂ ਦੀ, ਸੁਣ ਕੇ ਮਿੱਠੀ ਬਾਣੀ ਤੁਸਾਂ ਦੀ, ਸੁਣ ਕੇ ਮਿੱਠੀ ਬਾਣੀ, ਸਤਿਗੁਰ ਚਰਨੀ ਆਏ ਪ੍ਰਾਣੀ, ਸਤਿਗੁਰ ਚਰਨੀ ਆਏ ਪ੍ਰਾਣੀ, ਸਤਿਗੁਰ ਚਰਨੀ ਆਏ ਪ੍ਰਾਣੀ, ਸਤਿਗੁਰ ਚਰਨੀ ਆਏ ਪ੍ਰਾਣੀ, ਸੁਲਝ ਗਈ ਜ਼ਿੰਦਗੀ ਦੀ ਤਾਣੀ, 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 ਮੁੱਕ ਗਈ ਉਹਨਾਂ ਦੀ ਆਉਣੀ ਜਾਣੀ, ਮੁੱਕ ਗਈ ਉਹਨਾਂ ਦੀ ਆਉਣੀ ਜਾਣੀ, ਗਈ ਉਹਨਾਂ ਦੀ ਆਉਣੀ ਜਾਣੀ, ਮੁੱਕ ਗਈ ਉਹਨਾਂ ਦੀ ਆਉਣੀ ਜਾਣੀ, ਜਾਗਤ ਪਸਿਆ ਦੇਖ ਕੇ, ਜਾਗਤ ਪਸਿਆ ਦੇਖ ਕੇ ਸੰਗਤਾਂ ਸੀਸ ਝੁਕਾਉਂਦੀਆਂ ਨੇ, ਸੰਗਤਾਂ ਸੀਸ ਝੁਕਾਉਂਦੀਆਂ ਨੇ, ਸੰਤ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ, ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ। ਸਮਾਜ ਜਗਾਇਆ ਸੁੱਤਾ ਪਿਆ, 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 ਸਮਾਜ ਜਗਾਇਆ ਜੀਵਨ ਕੌਮ ਦੇ ਲੇਖੇ ਲਾਇਆ, ਜੀਵਨ ਕੌਮ ਦੇ ਲੇਖੇ ਲਾਇਆ, ਜੀਵਨ ਕੌਮ ਦੇ ਲੇਖੇ ਲਾਇਆ, ਜੀਵਨ ਕੌਮ ਦੇ ਲੇਖੇ ਲਾਇਆ ਬੂਟਾ ਸਰਵਣ ਦਾਸ ਜੁਲਾਇਆ, ਬੂਟਾ ਸਰਵਣ ਦਾਸ ਜੁਲਾਇਆ, ਬੂਟਾ ਸਰਵਣ ਦਾਸ ਜੁਲਾਇਆ, ਬੂਟਾ ਸਰਵਣ ਦਾਸ ਜੁਲਾਇਆ ਉਸ ਬੂਟੇ ਨੂੰ ਪਾਣੀ ਪਾਇਆ, ਉਸ ਬੂਟੇ ਨੂੰ ਪਾਣੀ ਪਾਇਆ, ਬੂਟੇ ਨੂੰ ਪਾਣੀ ਪਾਇਆ, ਉਸ ਬੂਟੇ ਨੂੰ ਪਾਣੀ ਪਾਇਆ ਦੇਸ਼ ਵਿਦੇਸ਼ ਦੀਆਂ ਸੰਗਤਾਂ, ਦੇਸ਼ ਵਿਦੇਸ਼ ਦੀਆਂ ਸੰਗਤਾਂ ਜਸ ਤੇਰਾ ਗਾਉਂਦੀਆਂ ਨੇ, ਜਸ ਤੇਰਾ ਗਾਉਂਦੀਆਂ ਨੇ, ਸੰਤ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ, ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ, ਸੰਤ ਰਾਮਾਨੰਦ ਜੀਓ ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ, ਯਾਦਾਂ ਆਉਂਦੀਆਂ ਨੇ, ਤੇਰੀਆਂ ਯਾਦਾਂ ਆਉਂਦੀਆਂ ਨੇ। ਗੁਰੂ
रविदास दा मिशन बधाया गुरु रविदास दा मिशन बधाया गुरु रविदास दा मिशन बधाया गुरु रविदास दा मिशन बधाया नाम तेरो आरती मजन मुरारे हर के नाम बिन झूठे सगल पासारे सतगुरु रविदास जी महाराज जिन्ना ने मानवता दी गल कीती है ऐसा चाहूं राज में जहां मिले सबन को अन्न छोट बड़े सब संबसे रविदास रहे प्रसन्न सतगुरु रविदास जी महाराज अज दी गल नहीं उस टाइम दे राजे महाराजे गुरु रविदास जी दे चरणा दे विच आए और बड़े बड़े राज महलां दे राजे ने एक कान्हियां दी शान विच रहण वाले संत ने उन्हां दे सेवक बने ने क्या जी वो गल है ते गुरु पैरी सत्संग जी सतगुरु रविदास जी महाराज गरीब आ गया अमीर आ गया राजा है रंक है चाहे कोई है किसी जाति का रहन वाला गुरु रविदास जी ने समुचिया संगतां नूं नाम जपण दा हुक्का दिता हर के नाम बिन झूठे सगल पासारे भाई परमात्मा दा नाम जपो ते गुरु पैरी सत्संग जी रविदासिया कौम दे अमर शहीद ब्रह्मली श्रीमान 108 संत रामानंद जी महाराज जगत गुरु सतगुरु रविदास महाराज की पावन पवित्र अमृत बाणी का प्रचार प्रसार पूरे विश्व विच जाके संगतां नूं याद कराया कौम मेरी दे वीरो भैणो दर दर ठोकर खाओ ना गुरु रविदास गुरु है साडा इस नूं कदे भुलाओ ना सारे धर्मां दा सत्कार करो सारे रहिबरां दा सत्कार करो क्योंकि दुनिया के जिन्ने भी धर्म ने सारे परमात्मा के नाम के नाल जोड़ते ने लेकिन सब तो पहला स्थान अपने गुरु साहिब सतगुरु रविदास जी ने दियो जिन्हां दी कृपा दे द्वारा इहो जिहा सुंदर जीवन प्राप्त होया गुरु रविदास दा मिशन बधाया 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 सबनू हर हर नाम जपाया 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 मंदर कांची दा रुशनाया मंदर कांची दा रुशनाया मंदर कांची दा मंदर कांसी दा रुशनाया उनू सोने विच मढ़ाया उनू सोने विच मढ़ाया सोने विच मढ़ाया उनू सोने विच मढ़ाया होका चलो बनारस लाया होका चलो बनारस लाया संगता दर्शन पौंदिया ने संगता दर्शन पौंदिया ने संत रामानंद जीओ तेरिया यादा आउंदिया ने रामानंद जीओ तेरिया यादा आउंदिया ने तेरिया यादा आउंदिया ने तेरिया यादा आउंदिया ने यादा आउंदिया ने तेरिया यादा आउंदिया ने तेरिया यादा आउंदिया ने तेरिया यादा आउंदिया ने यादा आउंदिया ने तेरिया यादा आउंदिया ने संगता ते उपकार कमाओ संगता ते उपकार कमाओ संगता ते उपकार कमाओ लेके जन्म दुवारे आओ लेके जन्म दुवारे आओ लेके जन्म दुवारे आओ लेके जन्म दुवारे आओ आके जल्दी दर्श दिखाओ आके जल्दी दर्श दिखाओ आके जल्दी दर्श दिखाओ आके जल्दी दर्श दिखाओ जीवन साडा सफल बनाओ जीवन साडा सफल बनाओ जीवन साडा सफल बनाओ जीवन साडा सफल बनाओ पाखी फेर बल्ला विच आओ पाखी फेर बल्ला विच आओ सारियां संगतां चाहुंदियां ने सारी संगतां चाहुंदियां ने संग रामानंद जीओ तेरियां यादां आउंदियां ने रामानंद जीओ तेरियां यादां आउंदियां ने तेरियां यादां आउंदियां ने
तेरिया यादा आउंदियां ने सानू बड़ा रवाउंदियां ने सानू बड़ा रवाउंदियां ने सत रामानंद जीओ तेरिया यादा आउंदियां ने संत रामानंद जीओ तेरिया यादा आउंदियां ने तेरिया यादा आउंदियां ने तेरिया यादा आउंदियां ने यादा 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 ने तेरिया यादा यादा ने यादा यादा ने यादा यादा ने तेरिया 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 यादा आउंदियां ने बोले सो नरपह श्री गुरदास महाराज की जय बोले सो नरपह सतगुरु स्वामी सरवण दास महाराज की जय बोले सो नरपह अमर श्री संत रामानंद महाराज की जय बोले सो नरपह सर्व भेख भगवान की जय सतगुरु रविदास शक्ति अमर रहे 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 बोले सो नृपह शिव रविदास महाराज की जय आदरणीय गुरु प्यारी सत्संग जी दास एक बार फिर रविदासिया कौम दे मरशीर ब्रह्मली श्री मानिक सौर संत रामानंद जी महाराज सतगुरां दे चरणां दे विच कोटन कोटन नमस्कार सतगुरां दे चरणां विच दास श्रद्धा सुमन अर्पित करदा है ते गुरु प्यारी सत्संग जी सतगुरां दी शहीदी तो बाद अज सानू जगत गुरु सतगुरु रविदास महाराज की पावन पवित्र अमृत बाणी प्राप्त हुई है सतगुरां दे नां दे उत्ते रविदासिया धर्म प्राप्त होया ते गुरु प्यारी सत्संग जी आओ सतगुरां दी अमृत बाणी नूं पढ़िए सुणिए प्यारे बच्चों भी सतगुरां दी अमृत बाणी पढ़न वास्ते प्रेरित करिए तो गुरु प्यारी सत्संग जी इस गल दा सानूं माण होना चाहीदा अज कि असीं गुरु रविदास महाराज की औलाद आ ते साडा धर्म रविदासिया है तो गुरु प्यारी सत्संग जी दास इन्हां शब्दां दे नाल सतगुरां दे चरणां विच मैं नमस्कार करदे होए इत्थे बाणी नूं विराम दिंदा जय गुरदेव धन गुरदेव सतनाम सतनाम सतनाम